ਕਿਤਾਬਾਂ ਰਾਹੀਂ ਅਸੀਂ ਦੁਨੀਆ ਦੇ ਮਹਾਨ ਲੋਕਾਂ ਦੀ ਸੰਗਤ ਦਾ ਆਨੰਦ ਮਾਣ ਸਕਦੇ ਹਾਂ। ਸਤਿ ਸ਼੍ਰੀ ਅਕਾਲ, ਆਦਾਬ ਅਤੇ ਖੁਸ਼ ਆਮਦੀਦ ਦੋਸਤੋ। ਅੱਜ ਮੈਂ, ਯਾਨੀ ਕਿ ਕੁਲਦੀਪ ਗਿੱਲ, ਤੁਹਾਡੇ ਨਾਲ ਸਾਂਝਾ ਕਰਾਂਗੀ ਰੋਬਰਟ ਟੀ ਕਿਓਸਾਕੀ ਦੇ ਅਮੀਰ ਬਣਨ ਦੀ ਲਰਨਿੰਗ ਜਰਨੀ, ਜਾਂ ਸਿੱਖਿਆ ਦੇ ਸਫ਼ਰ ਦੌਰਾਨ ਸਿੱਖੇ ਗਏ 6 ਬਿਹਤਰੀਨ ਪਾਠਾਂ ਵਿੱਚੋਂ ਪਹਿਲਾ ਪਾਠ। ਅਮੀਰ ਲੋਕ ਪੈਸਿਆਂ ਲਈ ਕੰਮ ਨਹੀਂ ਕਰਦੇ। ਡੈਡੀ, ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਅਮੀਰ ਕਿਵੇਂ ਬਣਿਆ ਜਾਵੇ? ਇਹ ਸੁਣਦੇ ਹੀ ਮੇਰੇ ਡੈਡੀ ਨੇ ਆਪਣੇ ਸ਼ਾਮ ਦਾ ਅਖ਼ਬਾਰ ਥੱਲੇ ਰੱਖ ਦਿੱਤਾ। ਪੁੱਤਰ, ਤੁਸੀਂ ਅਮੀਰ ਕਿਉਂ ਬਣਨਾ ਚਾਹੁੰਦੇ ਹੋ? ਕਿਉਂਕਿ ਅੱਜ ਜਿੰਮੀ ਦੀ ਮੰਮੀ ਆਪਣੀ ਨਵੀਂ ਕੈਡੀਲਾ ਕਾਰ ਵਿੱਚ ਆਈ ਅਤੇ ਉਹ ਸਾਰੇ ਪਿਕਨਿਕ ਲਈ ਆਪਣੇ ਸਮੁੰਦਰ ਕਿਨਾਰੇ ਵਾਲੇ ਘਰ ਜਾ ਰਹੇ ਸਨ। ਜਿੰਮੀ ਆਪਣੇ ਨਾਲ ਆਪਣੇ 3 ਦੋਸਤਾਂ ਨੂੰ ਵੀ ਲੈ ਗਿਆ, ਪਰ ਮਾਈਕ ਤੇ ਮੈਨੂੰ ਨਹੀਂ ਲੈ ਕੇ ਗਿਆ। ਉਸਨੇ ਸਾਨੂੰ ਇਹ ਕਿਹਾ ਕਿ ਉਹ ਸਾਨੂੰ ਇਸ ਕਰਕੇ ਨਹੀਂ ਲੈ ਜਾਵੇਗਾ ਕਿਉਂਕਿ ਅਸੀਂ ਗਰੀਬ ਬੱਚੇ ਹਾਂ। ਉਸਨੇ ਇਸ ਤਰ੍ਹਾਂ ਕਿਹਾ? ਡੈਡੀ ਨੇ ਅਵਿਸ਼ਵਾਸ ਨਾਲ ਪੁੱਛਿਆ। ਹਾਂ, ਬਿਲਕੁਲ ਇਵੇਂ ਹੀ, ਮੈਂ ਦਰਦ ਭਰੀ ਆਵਾਜ਼ ਵਿੱਚ ਕਿਹਾ। ਡੈਡੀ ਨੇ ਆਪਣੇ ਸਿਰ ਨੂੰ ਹਿਲਾਇਆ, ਆਪਣੇ ਚਸ਼ਮੇ ਨੂੰ ਨੱਕ ਉੱਤੇ ਚੜ੍ਹਾਇਆ ਅਤੇ ਫਿਰ ਅਖ਼ਬਾਰ ਪੜ੍ਹਨ ਲੱਗ ਪਏ। ਮੈਂ ਉਹਨਾਂ ਦੇ ਜਵਾਬ ਦਾ ਇੰਤਜ਼ਾਰ ਕਰਦਾ ਰਿਹਾ। ਇਹ 1956 ਦੀ ਗੱਲ ਹੈ, ਉਦੋਂ ਮੈਂ 9 ਸਾਲਾਂ ਦਾ ਸੀ। ਨਸੀਬ ਦੀ ਗੱਲ ਹੈ ਕਿ ਮੈਂ ਵੀ ਉਸੇ ਪਬਲਿਕ ਸਕੂਲ 'ਚ ਪੜ੍ਹਨ ਜਾਂਦਾ ਸੀ ਜਿੱਥੇ ਅਮੀਰ ਲੋਕਾਂ ਦੇ ਬੱਚੇ ਪੜ੍ਹਦੇ ਸਨ। ਅਸੀਂ ਇੱਕ ਸ਼ੂਗਰ ਪਲਾਂਟੇਸ਼ਨ ਕਸਬੇ 'ਚ ਰਹਿੰਦੇ ਸਾਂ। ਪਲਾਂਟੇਸ਼ਨ ਦੇ ਮੈਨੇਜਰ ਅਤੇ ਕਸਬੇ ਦੇ ਬਾਕੀ ਲੋਕ ਜਿਵੇਂ ਡਾਕਟਰ, ਬਿਜ਼ਨਸਮੈਨ ਅਤੇ ਬੈਂਕਰ ਆਪਣੇ ਬੱਚਿਆਂ ਨੂੰ 1 ਤੋਂ 6 ਕਲਾਸ ਤੱਕ ਪੜ੍ਹਨ ਲਈ ਇਸੇ ਸਕੂਲ 'ਚ ਭੇਜਦੇ ਸਨ। 6 ਕਲਾਸ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਭੇਜਿਆ ਜਾਂਦਾ ਸੀ। ਜੇਕਰ ਮੇਰਾ ਪਰਿਵਾਰ ਵੀ ਸੜਕ ਦੇ ਦੂਜੇ ਬੰਨੇ ਰਹਿ ਰਿਹਾ ਹੁੰਦਾ ਤਾਂ ਮੈਨੂੰ ਵੀ ਵੱਖਰੇ ਸਕੂਲ ਵਿੱਚ ਭੇਜਿਆ ਜਾਂਦਾ ਜਿੱਥੇ ਮੇਰੇ ਜਿਹੇ ਪਰਿਵਾਰਾਂ ਦੇ ਬੱਚੇ ਪੜ੍ਹਦੇ ਸਨ। 6 ਕਲਾਸ ਤੋਂ ਬਾਅਦ ਇਹਨਾਂ ਬੱਚਿਆਂ ਵਾਂਗ ਮੈਂ ਵੀ ਪਬਲਿਕ ਇੰਟਰਮੀਡੀਏਟ ਅਤੇ ਹਾਈ ਸਕੂਲ ਕੀਤਾ ਹੁੰਦਾ। ਆਖਿਰ ਮੇਰੇ ਡੈਡੀ ਨੇ ਅਖ਼ਬਾਰ ਨੂੰ ਇੱਕ ਪਾਸੇ ਰੱਖ ਦਿੱਤਾ। ਮੈਨੂੰ ਪਤਾ ਸੀ ਕਿ ਉਹ ਕੀ ਸੋਚ ਰਹੇ ਹਨ। ਉਹਨਾਂ ਨੇ ਹੌਲੀ ਦੇ ਕੇ ਸ਼ੁਰੂਆਤ ਕੀਤੀ। ਜੇਕਰ ਤੂੰ ਅਮੀਰ ਬਣਨਾ ਚਾਹੁੰਦਾ ਹੈ ਤਾਂ ਤੈਨੂੰ ਪੈਸੇ ਬਣਾਉਣਾ ਸਿੱਖਣਾ ਚਾਹੀਦਾ ਹੈ। ਮੈਂ ਪੁੱਛਿਆ, ਮੈਂ ਪੈਸੇ ਬਣਾਉਣਾ ਕਿਵੇਂ ਸਿੱਖ ਸਕਦਾ ਹਾਂ? ਆਪਣੇ ਦਿਮਾਗ ਦਾ ਇਸਤੇਮਾਲ ਕਰਕੇ, ਉਹਨਾਂ ਨੇ ਮੁਸਕਰਾਉਂਦੇ ਹੋਏ ਕਿਹਾ, ਜਿਸ ਦਾ ਅਸਲ 'ਚ ਮਤਲਬ ਇਹ ਸੀ। ਬਸ ਮੈਂ ਤੁਹਾਨੂੰ ਇੰਨਾ ਹੀ ਦੱਸ ਸਕਦਾ ਹਾਂ, ਜਾਂ ਮੈਂ ਇਸਦਾ ਜਵਾਬ ਨਹੀਂ ਜਾਣਦਾ, ਇਸ ਲਈ ਮੈਨੂੰ ਤੰਗ ਨਾ ਕਰੋ। ਇੱਕ ਸਾਂਝੇਦਾਰੀ ਹੋਈ। ਅਗਲੀ ਸਵੇਰ ਮੈਂ ਆਪਣੇ ਸਭ ਤੋਂ ਚੰਗੇ ਦੋਸਤ ਮਾਈਕ ਨੂੰ ਆਪਣੇ ਡੈਡੀ ਦੀਆਂ ਗੱਲਾਂ ਦੱਸੀਆਂ। ਜਿੱਥੇ ਤਾਈਂ ਮੈਨੂੰ ਯਾਦ ਹੈ, ਉਸ ਸਕੂਲ 'ਚ ਮੈਂ ਅਤੇ ਮਾਈਕ ਹੀ 2 ਗਰੀਬ ਬੱਚੇ ਸੀ। ਮਾਈਕ ਵੀ ਮੇਰੇ ਵਾਂਗ ਸੀ, ਕਿਉਂਕਿ ਉਹ ਵੀ ਚੰਗੀ ਕਿਸਮਤ ਕਾਰਨ ਹੀ ਉਸ ਸਕੂਲ 'ਚ ਸੀ। ਇੰਝ ਲੱਗਦਾ ਹੈ ਕਿ ਕਿਸੇ ਨੇ ਕਸਬੇ ਵਿੱਚ ਸਕੂਲਾਂ ਦੀਆਂ ਸੀਮਾਵਾਂ ਤੈਅ ਕਰ ਦਿੱਤੀਆਂ ਸਨ ਅਤੇ ਇਸੇ ਕਾਰਨ ਅਸੀਂ ਲੋਕ ਅਮੀਰ ਬੱਚਿਆਂ ਦੇ ਸਕੂਲ 'ਚ ਪੜ੍ਹ ਰਹੇ ਸੀ। ਸੱਚ ਕਿਹਾ ਜਾਵੇ ਤਾਂ ਅਸੀਂ ਲੋਕ ਗਰੀਬ ਨਹੀਂ ਸੀ, ਪਰ ਸਾਨੂੰ ਇੰਝ ਹੀ ਲੱਗਦਾ ਸੀ ਕਿਉਂਕਿ ਬਾਕੀ ਸਾਰੇ ਬੱਚਿਆਂ ਕੋਲ ਸਾਰੀਆਂ ਚੀਜ਼ਾਂ ਨਵੀਆਂ ਹੁੰਦੀਆਂ ਸਨ ਪਰ ਸਾਡੇ ਕੋਲ ਪੁਰਾਣੀਆਂ। ਮੰਮੀ ਅਤੇ ਡੈਡੀ ਸਾਨੂੰ ਸਾਡੀ ਲੋੜਾਂ ਦੀਆਂ ਸਾਰੀਆਂ ਚੀਜ਼ਾਂ ਦਿਵਾਉਂਦੇ ਸਨ, ਜਿਵੇਂ ਖਾਣਾ, ਘਰ, ਕੱਪੜੇ, ਪਰ ਇਸ ਤੋਂ ਵੱਧ ਕੁਝ ਵੀ ਨਹੀਂ। ਮੇਰੇ ਡੈਡੀ ਕਿਹਾ ਕਰਦੇ ਸਨ, ਜੇਕਰ ਤੁਹਾਨੂੰ ਕੋਈ ਹੋਰ ਚੀਜ਼ ਚਾਹੀਦੀ ਹੈ ਤਾਂ ਉਸ ਲਈ ਕੰਮ ਕਰੋ। ਸਾਨੂੰ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਸਨ, ਪਰ 9 ਸਾਲ ਦੇ ਬੱਚਿਆਂ ਲਈ ਕੋਈ ਬਹੁਤਾ ਕੰਮ ਮੌਜੂਦ ਨਹੀਂ ਸੀ। ਮਾਈਕ ਨੇ ਪੁੱਛਿਆ, ਤਾਂ ਪੈਸੇ ਕਮਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਮੈਂ ਨਹੀਂ ਜਾਣਦਾ, ਮੈਂ ਕਿਹਾ, ਪਰ ਕੀ ਤੂੰ ਇਸ ਕੰਮ 'ਚ ਮੇਰਾ ਪਾਰਟਨਰ ਬਣਨਾ ਚਾਹੇਗਾ? ਉਹ ਰਾਜ਼ੀ ਹੋ ਗਿਆ ਅਤੇ ਉਸ ਸਨਿਚਰਵਾਰ ਦੀ ਸਵੇਰ ਮਾਈਕ ਮੇਰਾ ਪਹਿਲਾ ਬਿਜ਼ਨਸ ਪਾਰਟਨਰ ਬਣ ਗਿਆ। ਅਸੀਂ ਦੋਵੇਂ ਸਾਰੀ ਸਵੇਰੇ ਹੀ ਸੋਚਦੇ ਰਹੇ ਕਿ ਪੈਸਾ ਕਿਵੇਂ ਕਮਾਇਆ ਜਾਵੇ। ਕਦੀ ਕਦਾਈ ਅਸੀਂ ਉਹਨਾਂ ਬੇਫਿਕਰ ਬੱਚਿਆਂ ਬਾਰੇ ਗੱਲਾਂ ਵੀ ਕਰਦੇ ਰਹੇ ਜਿਹੜੇ ਜਿੰਮੀ ਦੇ ਬੀਚ ਹਾਊਸ 'ਤੇ ਇਸ ਵੇਲੇ ਮਜ਼ੇ ਕਰ ਰਹੇ ਹੋਣਗੇ। ਇਸ ਨਾਲ ਥੋੜ੍ਹੀ ਸੱਟ ਵੱਜਦੀ ਸੀ,
ਪਰ ਇਹ ਸੱਟ ਚੰਗੀ ਸੀ ਕਿਉਂਕਿ ਇਸੇ ਕਾਰਨ ਹੀ ਅਸੀਂ ਸੋਚਣ ਲਈ ਪ੍ਰੇਰਿਤ ਹੋਏ ਕਿ ਪੈਸਾ ਕਿਵੇਂ ਕਮਾਇਆ ਜਾਵੇ। ਆਖਿਰਕਾਰ ਉਸ ਦੁਪਹਿਰ ਨੂੰ ਸਾਡੇ ਦਿਮਾਗ ਅੰਦਰ ਬਿਜਲੀ ਵਾਂਗ ਇੱਕ ਵਿਚਾਰ ਆਇਆ। ਇਹ ਇੱਕ ਇਹੋ ਜਿਹਾ ਵਿਚਾਰ ਸੀ ਜਿਸ ਨੂੰ ਮਾਈਕ ਨੇ ਕਿਸੇ ਕਿਤਾਬ 'ਚ ਪੜ੍ਹਿਆ ਸੀ। ਰੋਮਾਂਚਿਤ ਹੋ ਕੇ ਅਸੀਂ ਆਪਣੇ ਹੱਥ ਮਿਲਾਏ ਅਤੇ ਹੁਣ ਸਾਡੇ ਕੋਲ ਇੱਕ ਅਗਲੇ ਕੁਝ ਹਫ਼ਤਿਆਂ ਤੱਕ ਮੈਂ ਅਤੇ ਮਾਈਕ ਆਲੇ ਦੁਆਲੇ ਦੇ ਇਲਾਕਿਆਂ 'ਚ ਨੱਠ ਭੱਜ ਕਰਦੇ ਰਹੇ। ਅਸੀਂ ਦਰਵਾਜ਼ਿਆਂ 'ਤੇ ਦਸਤਕ ਦਿੰਦੇ ਅਤੇ ਗੁਆਂਢੀਆਂ ਨੂੰ ਕਹਿੰਦੇ ਕਿ ਉਹ ਆਪਣੀਆਂ ਇਸਤੇਮਾਲ ਕੀਤੀਆਂ ਹੋਈਆਂ ਟੂਥਪੇਸਟ ਟਿਊਬ ਸਾਡੇ ਵਾਸਤੇ ਰੱਖ ਲੈਣ। ਹੈਰਾਨੀ ਨਾਲ ਸਾਨੂੰ ਦੇਖਦਿਆਂ ਜ਼ਿਆਦਾਤਰ ਲੋਕਾਂ ਨੇ ਮੁਸਕਰਾਉਂਦਿਆਂ ਸਾਡੀ ਗੱਲ ਮੰਨ ਲਈ। ਕੁਝ ਨੇ ਪੁੱਛਿਆ ਕਿ ਸਾਨੂੰ ਟੂਥਪੇਸਟ ਟਿਊਬਸ ਕਿਉਂ ਚਾਹੀਦੀਆਂ ਹਨ। ਜਵਾਬ 'ਚ ਅਸੀਂ ਕਿਹਾ, ਅਸੀਂ ਤੁਹਾਨੂੰ ਇਹ ਨਹੀਂ ਦੱਸ ਸਕਦੇ, ਇਹ ਇੱਕ ਬਿਜ਼ਨਸ ਸੀਕ੍ਰੇਟ ਹੈ। ਹਫ਼ਤੇ ਗੁਜ਼ਰਦੇ ਰਹੇ ਅਤੇ ਮੇਰੀ ਮਾਂ ਬੜੀ ਦੁਖੀ ਹੋ ਗਈ। ਆਪਣੇ ਕੱਚੇ ਮਾਲ ਨੂੰ ਇਕੱਠਾ ਕਰਨ ਲਈ ਅਸੀਂ ਜੋ ਥਾਂ ਚੁਣੀ ਸੀ ਉਹ ਉਹਨਾਂ ਦੀ ਵਾਸ਼ਿੰਗ ਮਸ਼ੀਨ ਦੇ ਇੱਕਦਮ ਨੇੜੇ ਸੀ। ਇੱਕ ਭੂਰੇ ਕਾਰਡਬੋਰਡ ਦਾ ਬਕਸਾ ਜਿਸ ਵਿੱਚ ਕਦੇ ਕੈਚਅਪ ਦੀਆਂ ਬੋਤਲਾਂ ਰੱਖੀਆਂ ਹੁੰਦੀਆਂ ਸਨ। ਸਾਡੇ ਇਸਤੇਮਾਲ ਕੀਤੇ ਹੋਏ ਪੇਸ ਟਿਊਬਸ ਦੀ ਗਿਣਤੀ ਵਧਣ ਲੱਗੀ। ਆਖਿਰ ਇੱਕ ਦਿਨ ਮਾਂ ਦੇ ਸਬਰ ਦਾ ਬੰਨ ਟੁੱਟ ਗਿਆ। ਗੁਆਂਢੀਆਂ ਦੇ ਟੇਢੇ ਮੇਢਿਆਂ 'ਤੇ ਇਸਤੇਮਾਲ ਕੀਤੇ ਹੋਏ ਟੂਥਪੇਸਟ ਟਿਊਬਸ ਨੂੰ ਵੇਖਦੇ ਵੇਖਦੇ ਉਹ ਬੋਰ ਹੋ ਗਈ ਸੀ। ਉਹਨਾਂ ਨੇ ਪੁੱਛਿਆ, ਤੁਸੀਂ ਦੋਵੇਂ ਕਰ ਕੀ ਰਹੇ ਹੋ? ਅਤੇ ਮੈਂ ਇਹ ਨਹੀਂ ਸੁਣਨਾ ਚਾਹੁੰਦੀ ਕਿ ਇੱਕ ਬਿਜ਼ਨਸ ਸੀਕ੍ਰੇਟ ਹੈ। ਜਾਂ ਤਾਂ ਇਸ ਗੰਦ ਨੂੰ ਸਾਫ਼ ਕਰੋ, ਨਹੀਂ ਤਾਂ ਮੈਂ ਇਸ ਨੂੰ ਚੁੱਕ ਕੇ ਬਾਹਰ ਸੁੱਟ ਦਿਆਂਗੀ। ਮਾਈਕ ਨੇ ਅਤੇ ਮੈਂ ਉਹਨਾਂ ਦੇ ਅੱਗੇ ਹੱਥ ਪੈਰ ਜੋੜੇ ਅਤੇ ਉਹਨਾਂ ਨੂੰ ਇਹ ਦੱਸਿਆ ਕਿ ਛੇਤੀ ਹੀ ਸਾਡੇ ਕੋਲ ਕੱਚਾ ਮਾਲ ਇਕੱਠਾ ਹੋ ਜਾਵੇਗਾ ਅਤੇ ਅਸੀਂ ਫਿਰ ਆਪਣੀ ਪੈਦਾਵਾਰ ਸ਼ੁਰੂ ਕਰ ਦਿਆਂਗੇ। ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਕੁਝ ਗੁਆਂਢੀਆਂ ਦਾ ਇੰਤਜ਼ਾਰ ਕਰ ਰਹੇ ਹਾਂ ਤਾਂ ਜੋ ਆਪਣੇ ਟੂਥਪੇਸਟ ਦੇ ਟਿਊਬਸ ਨੂੰ ਮੁਕਾ ਲੈਣ। ਮਾਂ ਨੇ ਸਾਨੂੰ ਇੱਕ ਹਫ਼ਤੇ ਦੀ ਮੋਹਲਤ ਹੋਰ ਦੇ ਦਿੱਤੀ। ਪ੍ਰੋਡਕਸ਼ਨ ਸ਼ੁਰੂ ਹੋਣ ਦੀ ਤਾਰੀਖ ਨੇੜੇ ਆ ਗਈ। ਦਬਾਅ ਵੱਧ ਚੁੱਕਿਆ ਸੀ। ਸਾਡੇ ਵੇਅਰ ਹਾਊਸ ਦੀ ਮਾਲਕਿਨ ਯਾਨੀ ਕਿ ਮੇਰੀ ਮਾਂ ਨੇ ਸਾਡੀ ਪਹਿਲੀ ਪਾਰਟਨਰਸ਼ਿਪ ਕੰਪਨੀ ਨੂੰ ਥਾਂ ਵਿਹਲੀ ਕਰਨ ਦਾ ਨੋਟਿਸ ਦੇ ਦਿੱਤਾ। ਹੁਣ ਮਾਈਕ ਦਾ ਕੰਮ ਇਹ ਸੀ ਕਿ ਉਹ ਗੁਆਂਢੀਆਂ ਨੂੰ ਆਪਣੇ ਟੂਥਪੇਸਟ ਟਿਊਬ ਛੇਤੀ ਮੁਕਾਉਣ ਵਾਸਤੇ ਕਹੇ ਅਤੇ ਨਾਲ ਇਹ ਵੀ ਜੋੜ ਦੇਵੇ, ਦੰਦਾਂ ਦੇ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਦਿਨ 'ਚ ਕਈ ਵਾਰੀ ਬ੍ਰੱਸ਼ ਕਰਨਾ ਚਾਹੀਦਾ ਹੈ। ਮੈਂ ਪ੍ਰੋਡਕਸ਼ਨ ਦੀ ਪ੍ਰਕਿਰਿਆ ਨੂੰ ਠੀਕ ਠਾਕ ਕਰਨ 'ਚ ਜੁੱਟ ਗਿਆ। ਇੱਕ ਦਿਨ ਮੇਰੇ ਡੈਡੀ ਆਪਣੇ ਇੱਕ ਦੋਸਤ ਨਾਲ ਕਾਰ ਵਿੱਚ ਬੈਠ ਕੇ ਪੋਰਚ ਵਿੱਚ ਆਏ ਅਤੇ ਉਹਨਾਂ ਦੀ ਹੈਰਾਨੀ ਦਾ ਕੋਈ ਠਿਕਾਣਾ ਨਹੀਂ ਸੀ ਰਿਹਾ ਜਦੋਂ ਉੱਥੇ 9 ਸਾਲ ਦੇ 2 ਬੱਚਿਆਂ ਨੂੰ ਪ੍ਰੋਡਕਸ਼ਨ ਦੀ ਪ੍ਰਕਿਰਿਆ 'ਚ ਪੂਰੀ ਚੁਸਤੀ ਨਾਲ ਜੁਟੇ ਹੋਏ ਦੇਖਿਆ। ਹਰ ਪਾਸੇ ਬਰੀਕ ਚਿੱਟਾ ਪਾਊਡਰ ਫੈਲਿਆ ਹੋਇਆ ਸੀ। ਇੱਕ ਦਿਨ ਮੇਰੇ ਡੈਡੀ ਆਪਣੇ ਇੱਕ ਦੋਸਤ ਨਾਲ ਕਾਰ ਵਿੱਚ ਬੈਠ ਕੇ ਪੋਰਚ ਵਿੱਚ ਆਏ ਅਤੇ ਉਹਨਾਂ ਦੀ ਹੈਰਾਨੀ ਦਾ ਕੋਈ ਠਿਕਾਣਾ ਨਹੀਂ ਸੀ ਰਿਹਾ ਜਦੋਂ ਉਹਨਾਂ ਨੇ 9 ਸਾਲ ਦੇ 2 ਬੱਚਿਆਂ ਨੂੰ ਉਤਪਾਦਨ ਦੀ ਪ੍ਰਕਿਰਿਆ 'ਚ ਪੂਰੀ ਚੁਸਤੀ ਨਾਲ ਜੁਟੇ ਹੋਏ ਦੇਖਿਆ। ਹਰ ਪਾਸੇ ਬਰੀਕ ਚਿੱਟਾ ਪਾਊਡਰ ਫੈਲਿਆ ਹੋਇਆ ਸੀ। ਇੱਕ ਲੰਮੀ ਮੇਜ਼ 'ਤੇ ਸਕੂਲੋਂ ਲਿਆਂਦੇ ਹੋਏ ਦੁੱਧ ਦੇ ਛੋਟੇ ਕਾਰਟਨ ਸਨ ਅਤੇ ਸਾਡੇ ਪਰਿਵਾਰ ਦੀ ਰਿਬਾਚੀ ਗ੍ਰਿਲ ਲਾਲ ਦਹਿਕਦੇ ਹੋਏ ਕੋਲਿਆਂ ਨਾਲ ਭਖ ਰਹੀ ਸੀ। ਡੈਡੀ ਬੜੀ ਸਾਵਧਾਨੀ ਨਾਲ ਚੱਲਦਿਆਂ ਸਾਡੇ ਕੋਲ ਆਏ ਕਿਉਂਕਿ ਸਾਡੀ ਉਤਪਾਦਨ ਦੀ ਪ੍ਰਕਿਰਿਆ ਨੇ ਪੋਰਚ ਉੱਤੇ ਕਬਜ਼ਾ ਕਰ ਲਿਆ ਸੀ। ਇਸ ਲਈ ਉਹਨਾਂ ਨੂੰ ਕਾਰ ਬਾਹਰ ਹੀ ਖੜ੍ਹੀ ਕਰਨੀ ਪਈ। ਜਦੋਂ ਉਹ ਅਤੇ ਉਹਨਾਂ ਦੇ ਦੋਸਤ ਸਾਡੇ ਕੋਲ ਆਏ ਤਾਂ ਉਹਨਾਂ ਨੇ ਕੋਲਿਆਂ 'ਤੇ ਰੱਖੇ ਹੋਏ ਇੱਕ ਸਟੀਲ ਦੇ ਭਾਂਡੇ ਨੂੰ ਦੇਖਿਆ ਜਿਸ 'ਚ ਟੂਥਪੇਸਟ ਟਿਊਬ ਪਿਘਲ ਰਹੀਆਂ ਸਨ। ਹੁਣ ਤੁਸੀਂ ਸੋਚੋਗੇ ਕਿ ਟੂਥਪੇਸਟ ਟਿਊਬਸ ਕਿਉਂ ਪਿਘਲ ਰਹੀਆਂ ਸਨ। ਦਰਅਸਲ ਉਹਨਾਂ ਦਿਨਾਂ 'ਚ ਟੂਥਪੇਸਟ ਪਲਾਸਟਿਕ ਦੇ ਟਿਊਬ ਵਿੱਚ ਨਹੀਂ ਸਨ ਆਉਂਦੇ। ਟਿਊਬਸ ਸ਼ੀਸ਼ੇ ਦੇ ਬਣੇ ਹੁੰਦੇ ਸਨ। ਇੱਕ ਵਾਰੀ ਰੰਗ ਜਲ ਜਾਣ ਤੋਂ ਬਾਅਦ ਅਸੀਂ ਟਿਊਬਸ ਨੂੰ ਸਟੀਲ ਦੇ ਭਾਂਡੇ 'ਚ ਪਾ ਦਿੰਦੇ ਤਾਂ ਕਿ ਉਹ ਅਤੇ ਲਿਕੁਇਡ ਫੋਮ ਵਿੱਚ ਆ ਜਾਣ। ਇਸ ਪਿਘਲੇ ਹੋਏ ਦਰਵ ਨੂੰ ਅਸੀਂ ਨਿੱਕੇ ਜਿਹੇ ਛੇਦ ਵਾਲੇ ਦੁੱਧ ਦੇ ਕਾਰਟਨਾਂ ਅੰਦਰ ਪਾ ਰਹੇ ਸੀ। ਦੁੱਧ ਦੇ ਇਹਨਾਂ ਕਾਰਟਨਾਂ 'ਚ ਪਲਾਸਟਰ ਆਫ ਪੈਰਿਸ ਭਰਿਆ ਹੋਇਆ ਸੀ। ਹਰ ਪਾਸੇ ਫੈਲਿਆ ਚਿੱਟਾ ਪਾਊਡਰ ਪਲਾਸਟਰ ਹੀ ਸੀ ਜਿਸ 'ਚ ਅਸੀਂ ਪਾਣੀ ਮਿਲਾਇਆ ਹੋਇਆ ਸੀ।
ਜਲਦਬਾਜ਼ੀ ਕਾਰਨ ਮੈਂ ਉਸਦੇ ਬੈਗ ਨੂੰ ਸੁੱਟ ਦਿੱਤਾ ਸੀ ਅਤੇ ਸਾਰੀ ਜ਼ਮੀਨ ਇਹੋ ਜਿਹੀ ਲੱਗ ਰਹੀ ਸੀ ਜਿਵੇਂ ਉੱਥੇ ਹੁਣੇ ਹੁਣੇ ਬਰਫ਼ ਦਾ ਤੂਫਾਨ ਆਇਆ ਹੋਵੇ। ਦੁੱਧ ਦੇ ਕਾਰਟਨ ਬਾਹਰਲੇ ਬਕਸੇ ਸਨ ਜਿਨ੍ਹਾਂ ਅੰਦਰ ਪਲਾਸਟਰ ਆਫ ਪੈਰਿਸ ਦੇ ਸਾਂਚੇ ਸਨ। ਮੇਰੇ ਡੈਡੀ ਅਤੇ ਉਹਨਾਂ ਦੇ ਦੋਸਤ ਸਾਨੂੰ ਦੇਖਦੇ ਰਹੇ ਅਤੇ ਅਸੀਂ ਪਿਘਲੇ ਹੋਏ ਸ਼ੀਸ਼ੇ ਨੂੰ ਪਲਾਸਟਰ ਆਫ ਪੈਰਿਸ ਦੇ ਕਿਊਬਸ ਨੂੰ ਉਹਨਾਂ ਨਿੱਕੇ ਜਿਹੇ ਸੁਰਾਖਾਂ 'ਚ ਪਾਉਂਦੇ ਰਹੇ। ਸੰਭਾਲ ਕੇ, ਮੇਰੇ ਡੈਡੀ ਨੇ ਕਿਹਾ। ਮੈਂ ਬਗੈਰ ਸਿਰ ਚੁੱਕੇ ਹਾਮੀ ਭਰ ਦਿੱਤੀ। ਆਖਿਰਕਾਰ ਜਦੋਂ ਸ਼ੀਸ਼ੇ ਨੂੰ ਪਾਉਣ ਦਾ ਕੰਮ ਮੁੱਕ ਗਿਆ ਤਾਂ ਮੈਂ ਸਟੀਲ ਦੇ ਭਾਂਡੇ ਨੂੰ ਥੱਲੇ ਉਤਾਰ ਦਿੱਤਾ ਅਤੇ ਫਿਰ ਆਪਣੇ ਡੈਡੀ ਵੱਲ ਵੇਖ ਕੇ ਮੁਸਕਰਾਇਆ। ਉਹਨਾਂ ਨੇ ਨਿੱਕੀ ਜਿਹੀ ਮੁਸਕਰਾਹਟ ਨਾਲ ਪੁੱਛਿਆ, ਤੁਸੀਂ ਕੀ ਕਰ ਰਹੇ ਹੋ? ਅਸੀਂ ਉਹੀ ਕਰ ਰਹੇ ਹਾਂ ਜਿਹੜਾ ਸਾਨੂੰ ਦੱਸਿਆ ਗਿਆ। ਅਸੀਂ ਅਮੀਰ ਬਣਨ ਜਾ ਰਹੇ ਹਾਂ, ਮੈਂ ਕਿਹਾ। ਜੀ, ਮਾਈਕ ਨੇ ਸਿਰ ਹਿਲਾਉਂਦੇ ਅਤੇ ਮੁਸਕਰਾਉਂਦਿਆਂ ਕਿਹਾ, ਅਸੀਂ ਦੋਵੇਂ ਪਾਰਟਨਰ ਹਾਂ। ਡੈਡੀ ਨੇ ਪੁੱਛਿਆ, ਅਤੇ ਇਹਨਾਂ ਪਲਾਸਟਰ ਦੇ ਸਾਂਚਿਆਂ ਵਿੱਚ ਕੀ ਹੈ? ਦੇਖੋ, ਮੈਂ ਕਿਹਾ, ਵਧੀਆ ਚੀਜ਼ ਹੈ। ਨਿੱਕੇ ਜਿਹੇ ਹਥੌੜੇ ਨਾਲ ਮੈਂ ਸੀਲ ਨੂੰ ਠੋਕਿਆ ਜਿਸ ਨਾਲ ਬਾਹਰਲਾ ਖੋਲ ਟੁੱਟ ਗਿਆ। ਸਾਵਧਾਨੀ ਨਾਲ ਮੈਂ ਉੱਪਰਲੇ ਅੱਧੇ ਪਲਾਸਟਰ ਨੂੰ ਹਟਾਇਆ ਅਤੇ ਜਸਤੇ ਦਾ ਇੱਕ ਸਿੱਕਾ ਬਾਹਰ ਡਿੱਗ ਪਿਆ। ਓ ਰੱਬਾ, ਮੇਰੇ ਡੈਡੀ ਨੇ ਕਿਹਾ, ਤਾਂ ਤੁਸੀਂ ਲੋਕ ਜਸਤੇ ਦੇ ਸਿੱਕਿਆਂ ਨੂੰ ਢਾਲ ਰਹੇ ਸੀ? ਬਿਲਕੁਲ ਸਹੀ, ਮਾਈਕ ਨੇ ਕਿਹਾ। ਅਸੀਂ ਉਹੀ ਕਰ ਰਹੇ ਹਾਂ ਜਿਵੇਂ ਤੁਸੀਂ ਸਾਨੂੰ ਕਿਹਾ ਸੀ। ਅਸੀਂ ਆਪਣੇ ਲਈ ਪੈਸੇ ਬਣਾ ਰਹੇ ਹਾਂ। ਮੇਰੇ ਡੈਡੀ ਦਾ ਦੋਸਤ ਬੜੀ ਜ਼ੋਰ ਨਾਲ ਹੱਸਣ ਲੱਗਾ। ਮੇਰੇ ਡੈਡੀ ਵੀ ਮੁਸਕਰਾਏ ਅਤੇ ਉਹਨਾਂ ਨੇ ਆਪਣਾ ਸਿਰ ਹਿਲਾਇਆ। ਉਹਨਾਂ ਦੇ ਸਾਹਮਣੇ ਅੱਗ ਅਤੇ ਟੂਥਪੇਸਟ ਦੀਆਂ ਟਿਊਬਸ ਦੇ ਬਕਸੇ ਨਾਲ ਚਿੱਟੀ ਮਿੱਟੀ 'ਚ ਲਿਬੜੇ ਦੋ ਬੱਚੇ ਖੜ੍ਹੇ ਸਨ ਜਿਹੜੇ ਇਸ ਕੰਨ ਤੋਂ ਉਸ ਕੰਨ ਤਾਈਂ ਖੁੱਲ੍ਹ ਕੇ ਮੁਸਕਰਾ ਰਹੇ ਸਨ। ਉਹਨਾਂ ਨੇ ਸਾਨੂੰ ਕਿਹਾ ਕਿ ਉਹ ਸਾਰਾ ਕੁਝ ਛੱਡ ਕੇ ਉਹਨਾਂ ਨਾਲ ਚੱਲਣ ਅਤੇ ਘਰ ਦੇ ਸਾਹਮਣੇ ਵਾਲੀ ਪੌੜੀ ਉੱਤੇ ਬੈਠਣ। ਮੁਸਕਰਾਉਂਦਿਆਂ ਉਹਨਾਂ ਨੇ ਸਾਨੂੰ ਜਾਲਸਾਜ਼ੀ ਸ਼ਬਦ ਦਾ ਮਤਲਬ ਸਮਝਾਇਆ। ਸਾਡੇ ਸੁਪਨੇ ਢਹਿ ਢੇਰੀ ਹੋ ਗਏ ਸਨ। ਤਾਂ ਤੁਹਾਡਾ ਮਤਲਬ ਹੈ ਕਿ ਇਹ ਗੈਰ ਕਾਨੂੰਨੀ ਹੈ? ਮਾਈਕ ਨੇ ਕੰਬਦੀ ਹੋਈ ਆਵਾਜ਼ 'ਚ ਪੁੱਛਿਆ। ਛੱਡੋ ਵੀ, ਡੈਡੀ ਦੇ ਦੋਸਤ ਨੇ ਕਿਹਾ, ਹੋ ਸਕਦਾ ਹੈ ਕਿ ਨਿਆਣੇ ਆਪਣੀ ਸੁਭਾਵਿਕ ਯੋਗਤਾ ਨੂੰ ਵਿਕਸਿਤ ਕਰ ਰਹੇ ਹੋਣ। ਮੇਰੇ ਡੈਡੀ ਉਹਨਾਂ ਨੂੰ ਦੇਖਦੇ ਰਹੇ। ਜੀ, ਇਹ ਗੈਰ ਕਾਨੂੰਨੀ ਹੈ, ਡੈਡੀ ਨੇ ਹੌਲੀ ਜਿਹੀ ਕਿਹਾ, ਪਰ ਤੁਸੀਂ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਤੁਹਾਡੇ 'ਚ ਬਹੁਤ ਜ਼ਿਆਦਾ ਰਚਨਾਤਮਕਤਾ ਅਤੇ ਮੌਲਿਕ ਵਿਚਾਰ ਹਨ। ਇਸੇ ਤਰ੍ਹਾਂ ਅੱਗੇ ਵੱਧਦੇ ਰਹੋ, ਮੈਨੂੰ ਤੁਹਾਡੇ ਉੱਤੇ ਮਾਣ ਹੈ। ਨਿਰਾਸ਼ ਹੋ ਕੇ ਮਾਈਕ ਅਤੇ ਮੈਂ ਤਕਰੀਬਨ 20 ਮਿੰਟਾਂ ਤਾਈਂ ਚੁੱਪ ਚਾਪ ਆਪਣਾ ਸਿਰ ਫੜ ਕੇ ਬੈਠੇ ਰਹੇ। ਇਸ ਤੋਂ ਬਾਅਦ ਅਸੀਂ ਸਾਰਾ ਕਬਾੜ ਸਾਫ਼ ਕਰਨਾ ਆਰੰਭਿਆ। ਪਹਿਲੇ ਹੀ ਦਿਨ ਸਾਡਾ ਸਾਰਾ ਬਿਜ਼ਨਸ ਚੌਪਟ ਹੋ ਗਿਆ। ਪਾਊਡਰ ਸਾਫ਼ ਕਰਦਿਆਂ ਮੈਂ ਮਾਈਕ ਵੱਲ ਵੇਖਿਆ ਅਤੇ ਕਿਹਾ ਮੈਨੂੰ ਲੱਗਦਾ ਹੈ ਜਿੰਮੀ ਅਤੇ ਉਸਦੇ ਦੋਸਤ ਠੀਕ ਕਹਿੰਦੇ ਸਨ, ਅਸੀਂ ਸੱਚਮੁੱਚ ਹੀ ਗਰੀਬ ਹਾਂ। ਜਦ ਮੈਂ ਇਹ ਕਿਹਾ ਤਦ ਡੈਡੀ ਬਸ ਜਾਣ ਹੀ ਵਾਲੇ ਸਨ। ਬੱਚਿਓ, ਉਹਨਾਂ ਨੇ ਕਿਹਾ, ਤੁਸੀਂ ਗਰੀਬ ਉਦੋਂ ਕਹਿਲਾਓਗੇ ਜਦੋਂ ਤੁਸੀਂ ਹਾਰ ਮੰਨ ਲਓਗੇ। ਸਭ ਤੋਂ ਵੱਧ ਮਹੱਤਵਪੂਰਨ ਚੀਜ਼ ਇਹ ਹੈ ਕਿ ਤੁਸੀਂ ਕੁਝ ਕੀਤਾ। ਜ਼ਿਆਦਾਤਰ ਲੋਕ ਅਮੀਰ ਬਣਨ ਬਾਰੇ ਕੇਵਲ ਗੱਲਾਂ ਕਰਦੇ ਅਤੇ ਸੁਪਨੇ ਦੇਖਦੇ ਰਹਿੰਦੇ ਹਨ। ਤੁਸੀਂ ਕੁਝ ਕਰਨ ਦੀ ਕੋਸ਼ਿਸ਼ ਤਾਂ ਕੀਤੀ, ਤੁਹਾਡੇ ਉੱਤੇ ਮਾਣ ਹੈ। ਮੈਂ ਇੱਕ ਵਾਰ ਫਿਰ ਤੋਂ ਉਹੀ ਗੱਲ ਕਹਾਂਗਾ, ਅੱਗੇ ਵੱਧਦੇ ਜਾਓ, ਹਾਰ ਨਾ ਮੰਨੋ। ਮਾਈਕ ਅਤੇ ਮੈਂ ਖਾਮੋਸ਼ ਖਲੋਤੇ ਰਹੇ। ਇਹ ਸ਼ਬਦ ਸੁਣਨ 'ਚ ਚੰਗੇ ਸਨ, ਪਰ ਸਾਨੂੰ ਇਹ ਪਤਾ ਨਹੀਂ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਕਿਉਂ ਹੈ ਡੈਡੀ ਕਿ ਤੁਸੀਂ ਅਮੀਰ ਨਹੀਂ ਹੋ? ਮੈਂ ਪੁੱਛਿਆ। ਕਿਉਂਕਿ ਮੈਂ ਇੱਕ ਸਕੂਲ ਟੀਚਰ ਬਣਨ ਦਾ ਨਿਰਣਾ ਲਿਆ ਸੀ। ਸਕੂਲ ਟੀਚਰ ਅਮੀਰ ਬਣਨ ਬਾਰੇ ਕਦੀ ਨਹੀਂ ਸੋਚਦੇ। ਅਸੀਂ ਕੇਵਲ ਪੜ੍ਹਾਉਣਾ ਪਸੰਦ ਕਰਦੇ ਹਾਂ। ਕਾਸ਼ ਕਿ ਮੈਂ ਵੀ ਤੁਹਾਡੀ ਸਹਾਇਤਾ ਕਰ ਸਕਦਾ,
ਪਰ ਹਕੀਕਤਨ ਮੈਂ ਇਹ ਨਹੀਂ ਜਾਣਦਾ ਕਿ ਦੌਲਤ ਕਿਵੇਂ ਕਮਾਈ ਜਾਂਦੀ ਹੈ। ਮਾਈਕ ਤੇ ਮੈਂ ਮੁੜੇ ਤੇ ਫਿਰ ਆਪਣੀ ਸਫਾਈ ਮੁਹਿੰਮ 'ਚ ਰੁੱਝ ਗਏ। ਡੈਡੀ ਨੇ ਕਿਹਾ, ਜੇਕਰ ਤੁਸੀਂ ਲੋਕ ਇਹ ਸਿੱਖਣਾ ਚਾਹੁੰਦੇ ਹੋ ਕਿ ਅਮੀਰ ਕਿਵੇਂ ਬਣਿਆ ਜਾਵੇ ਤਾਂ ਮੇਰੇ ਤੋਂ ਨਾ ਪੁੱਛੋ। ਮਾਈਕ, ਤੁਸੀਂ ਆਪਣੇ ਡੈਡੀ ਤੋਂ ਇਹ ਸਵਾਲ ਪੁੱਛੋ। ਮੇਰੇ ਡੈਡੀ? ਮਾਈਕ ਨੇ ਹੈਰਾਨੀ ਨਾਲ ਕਿਹਾ। ਹਾਂਜੀ, ਤੇਰੇ ਡੈਡੀ, ਮੇਰੇ ਡੈਡੀ ਨੇ ਮੁਸਕਰਾ ਕੇ ਦੁਹਰਾਇਆ। ਤੇਰੇ ਡੈਡੀ ਦਾ ਤੇ ਮੇਰਾ ਇੱਕੋ ਹੀ ਬੈਂਕਰ ਹੈ ਅਤੇ ਉਹ ਵੀ ਤੇਰੇ ਡੈਡੀ ਦੀ ਬੜੀ ਪ੍ਰਸ਼ੰਸਾ ਕਰਦਾ ਹੈ। ਉਸਨੇ ਮੈਨੂੰ ਕਈ ਵਾਰ ਇਹ ਦੱਸਿਆ ਹੈ ਕਿ ਪੈਸੇ ਬਣਾਉਣ 'ਚ ਤੇਰੇ ਡੈਡੀ ਦਾ ਕੋਈ ਜਵਾਬ ਨਹੀਂ ਹੈ। ਮੇਰੇ ਡੈਡੀ ਦਾ? ਮਾਈਕ ਨੇ ਇੱਕ ਵਾਰੀ ਫਿਰ ਹੈਰਾਨੀ ਨਾਲ ਪੁੱਛਿਆ। ਫਿਰ ਇੰਝ ਕਿਉਂ ਹੈ ਕਿ ਸਕੂਲ ਦੇ ਅਮੀਰ ਬੱਚਿਆਂ ਵਾਂਗ ਸਾਡੇ ਕੋਲ ਸ਼ਾਨਦਾਰ ਕਾਰ ਅਤੇ ਆਲੀਸ਼ਾਨ ਬੰਗਲਾ ਨਹੀਂ ਹੈ? ਸ਼ਾਨਦਾਰ ਕਾਰ ਅਤੇ ਬੰਗਲੇ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਨਿਸ਼ਚਿਤ ਤੌਰ 'ਤੇ ਅਮੀਰ ਹੋ ਅਤੇ ਤੁਸੀਂ ਪੈਸਾ ਬਣਾਉਣ ਦੀ ਕਲਾ ਜਾਣਦੇ ਹੋ, ਡੈਡੀ ਨੇ ਜਵਾਬ ਦਿੱਤਾ। ਜਿੰਮੀ ਦੇ ਡੈਡੀ ਸ਼ੂਗਰ ਪਲਾਂਟੇਸ਼ਨ 'ਚ ਕੰਮ ਕਰਦੇ ਹਨ। ਉਹਨਾਂ 'ਤੇ ਮੇਰੇ ਵਿਚਕਾਰ ਜ਼ਿਆਦਾ ਫਰਕ ਨਹੀਂ ਹੈ। ਉਹ ਇੱਕ ਕੰਪਨੀ ਲਈ ਕੰਮ ਕਰਦੇ ਹਨ ਅਤੇ ਮੈਂ ਸਰਕਾਰ ਵਾਸਤੇ। ਕੰਪਨੀ ਉਹਨਾਂ ਨੂੰ ਕਾਰ ਖਰੀਦ ਕੇ ਦੇ ਦਿੰਦੀ ਹੈ। ਇਸ ਵੇਲੇ ਸ਼ੂਗਰ ਕੰਪਨੀ ਆਰਥਿਕ ਸੰਕਟ 'ਚ ਫਸੀ ਹੋਈ ਹੈ ਅਤੇ ਜਿੰਮੀ ਦੇ ਡੈਡੀ ਕੋਲ ਛੇਤੀ ਹੀ ਕੁਝ ਨਹੀਂ ਬਚੇਗਾ। ਤੁਹਾਡੇ ਡੈਡੀ ਜੁਦਾ ਹਨ ਮਾਈਕ? ਇੰਝ ਲੱਗਦਾ ਹੈ ਕਿ ਉਹ ਇੱਕ ਸਾਮਰਾਜ ਬਣਾਉਣ ਜਾ ਰਹੇ ਹਨ ਅਤੇ ਮੇਰਾ ਅੰਦਾਜ਼ਾ ਹੈ ਕਿ ਕੁਝ ਹੀ ਸਾਲਾਂ ਅੰਦਰ ਉਹ ਬਹੁਤ ਅਮੀਰ ਹੋ ਜਾਣਗੇ। ਇਹ ਸੁਣ ਕੇ ਮਾਈਕ ਅਤੇ ਮੈਂ ਇੱਕ ਵਾਰ ਫਿਰ ਐਕਸਾਈਟਿਡ ਹੋ ਗਈ। ਨਵੇਂ ਉਤਸ਼ਾਹ ਨਾਲ ਅਸੀਂ ਆਪਣੇ ਡੁੱਬਦੇ ਹੋਏ ਕਾਰੋਬਾਰ ਦੇ ਕਚਰੇ ਨੂੰ ਸਾਫ਼ ਕਰਨਾ ਸ਼ੁਰੂ ਕੀਤਾ। ਜਦੋਂ ਅਸੀਂ ਸਫਾਈ ਕਰ ਰਹੇ ਸਾਂ ਤਾਂ ਅਸੀਂ ਇਹ ਯੋਜਨਾ ਵੀ ਬਣਾ ਲਈ ਕਿ ਕਦੋਂ ਅਤੇ ਕਿਵੇਂ ਮਾਈਕ ਦੇ ਡੈਡੀ ਨਾਲ ਗੱਲ ਕੀਤੀ ਜਾਵੇ। ਸਮੱਸਿਆ ਇਹ ਸੀ ਕਿ ਮਾਈਕ ਦੇ ਡੈਡੀ ਬਹੁਤ ਜ਼ਿਆਦਾ ਕੰਮ ਕਰਦੇ ਸਨ ਅਤੇ ਦੇਰ ਰਾਤ ਤੱਕ ਘਰ ਨਹੀਂ ਸਨ ਮੁੜਦੇ। ਮਾਈਕ ਦੇ ਡੈਡੀ ਕੋਲ ਕਈ ਵੇਅਰ ਹਾਊਸ, ਕੰਸਟਰਕਸ਼ਨ ਕੰਪਨੀਆਂ, ਸਟੋਰੇਜ ਚੇਨ ਅਤੇ 3 ਰੈਸਟੋਰੈਂਟ ਸਨ। ਰੈਸਟੋਰੈਂਟ ਕਾਰਨ ਹੀ ਉਹਨਾਂ ਨੂੰ ਘਰ ਮੁੜਨ 'ਚ ਦੇਰ ਹੋ ਜਾਂਦੀ ਸੀ। ਸਫਾਈ ਦਾ ਕੰਮ ਖਤਮ ਕਰਨ ਤੋਂ ਬਾਅਦ ਮਾਈਕ ਬੱਸ ਫੜ ਕੇ ਆਪਣੇ ਘਰ ਨੂੰ ਚਲਾ ਗਿਆ। ਉਹ ਆਪਣੇ ਡੈਡੀ ਨਾਲ ਗੱਲ ਕਰਨ ਵਾਲਾ ਸੀ, ਚਾਹੇ ਉਹ ਕਿਤਨੀ ਹੀ ਦੇਰ ਨਾਲ ਘਰ ਮੁੜਨ, ਅਤੇ ਉਹਨਾਂ ਨੂੰ ਇਹ ਵੀ ਪੁੱਛਣ ਵਾਲਾ ਸੀ ਕਿ ਉਹ ਸਾਨੂੰ ਅਮੀਰ ਬਣਨ ਦੀ ਤਰਕੀਬ ਸਿਖਾਉਣਗੇ। ਮਾਈਕ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਜਿਵੇਂ ਹੀ ਉਹ ਆਪਣੇ ਡੈਡੀ ਨਾਲ ਗੱਲ ਕਰ ਲਵੇਗਾ ਉਹ ਮੈਨੂੰ ਫੋਨ ਕਰੇਗਾ, ਚਾਹੇ ਕਿੰਨੀ ਹੀ ਦੇਰ ਕਿਉਂ ਨਾ ਹੋ ਜਾਵੇ। ਫੋਨ ਰਾਤੀਂ 8:30 ਵਜੇ ਆਇਆ। ਓਕੇ, ਅਗਲੇ ਸ਼ਨਿਚਰਵਾਰ, ਮੈਂ ਕਿਹਾ ਅਤੇ ਫੋਨ ਰੱਖ ਦਿੱਤਾ। ਮਾਈਕ ਦੇ ਡੈਡੀ ਸਾਨੂੰ ਮਿਲਣ ਲਈ ਤਿਆਰ ਹੋ ਗਏ ਸਨ। ਸ਼ਨਿਚਰਵਾਰ ਸਵੇਰੇ 7:30 ਵਜੇ ਮੈਂ ਸ਼ਹਿਰ ਦੇ ਦੂਜੇ ਹਿੱਸੇ 'ਚ ਜਾਣ ਲਈ ਬੱਸ ਫੜੀ।